ਸਤਿ ਸ਼੍ਰੀ ਅਕਾਲ ਜੀ, ਕੈਨੇਡਾ ਲਾਈਫ ਪੰਜਾਬੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਤੇ ਇਸ ਚੈਨਲ ਤੇ ਕੈਨੇਡਾ ਦੇ ਲਾਈਫ ਸਟਾਈਲ ਬਾਰੇ ਔਰ ਕੈਨੇਡਾ ਦੀਆਂ ਕਈ ਪਲੇਸਿਸ ਦਿਖਾਈਆਂ ਜਾਂਦੀਆਂ, ਐਂਡ ਜੋ ਵੀ ਨਿੱਕੇ ਨਿੱਕੇ ਕੁਐਸਚਨ ਹੁੰਦੇ ਆ ਆਪਣੇ ਦਿਮਾਗ ਦੇ ਵਿੱਚ ਕੈਨੇਡਾ ਨੂੰ ਲੈ ਕੇ, ਉਹ ਸਾਰੇ ਇਹਦੇ 'ਤੇ ਸ਼ੇਅਰ ਕੀਤੇ ਜਾਣਗੇ। ਤੇ ਸੋ ਬਣੇ ਰਹੋ ਇਸ ਚੈਨਲ ਦੇ ਨਾਲ। ਤੇ ਅੱਜ ਆਪਾਂ ਸ਼ੇਅਰ ਕਰਨ ਲੱਗੇ ਹਾਂ ਕੈਨੇਡਾ ਦਾ ਸਰਕਾਰੀ ਸਕੂਲ। ਅਤੇ ਹੁਣ ਆਪਾਂ ਐਂਟਰ ਹੁੰਦੇ ਹਾਂ ਇਸ ਸਕੂਲ ਦੇ ਵਿੱਚ। ਇਹ ਸਕੂਲ ਹੈਗਾ ਐਲੀਮੈਂਟਰੀ ਸਕੂਲ। ਸੋ ਇੱਥੋਂ ਦੀ ਜਿਹੜੀ ਹੈਗੀ ਆ, ਜਿੱਦਾਂ ਹੁਣ ਆਪਣੇ ਪਹਿਲਾਂ ਲਾਈਕ ਪਲੱਸ ਟੂ ਤੱਕ ਹੁੰਦਾ, ਪਰ ਇੱਥੇ ਜਿੱਦਾਂ ਸਕੂਲ ਡਿਫਰੈਂਟ ਜਿੱਦਾਂ ਸੈਪਰੇਟ ਸੈਪਰੇਟ ਕੀਤੇ ਗਏ ਆ, ਉਹ ਮੈਂ ਕਿਸੇ ਹੋਰ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਕੂਲੀ ਸਿੱਖਿਆ ਬਾਰੇ ਡਿਸਕਸ ਕਰਾਂਗੇ। ਅਤੇ ਇੱਥੋਂ ਆਪਾਂ ਐਂਟਰ ਹੋ ਗਏ, ਅਤੇ ਇਹ ਵਾਲਾ ਹੈਗਾ ਸਾਈਕਲ ਸਟੈਂਡ। ਇੱਥੇ ਜਿਹੜੇ ਬੱਚੇ ਸਾਈਕਲ 'ਤੇ ਆਉਂਦੇ ਆ, ਉਹ ਇੱਥੇ ਆਪਣੇ ਸਾਈਕਲ ਰੋਕ ਦਿੰਦੇ ਆ। ਅਤੇ ਇੱਥੋਂ ਦੀਆਂ ਗੱਡੀਆਂ ਐਂਟਰ ਹੁੰਦੀਆਂ। ਅਤੇ ਇੱਧਰ ਹੈਗਾ ਆਫਿਸ। ਇਹ ਵਾਲੀ ਬਿਲਡਿੰਗ ਹੈਗੀ ਆ ਪ੍ਰੀ ਸਕੂਲ ਸਟਰੋਂਗ ਸਟਾਰਟ ਲਈ, ਉਹਦੀਆਂ ਕਲਾਸਿਸ ਲੱਗਦੀਆਂ ਇੱਥੇ। ਅਤੇ ਇਹ ਹੈਗੀ ਆ ਸ਼ੈਲਟਰ ਦੀ ਨਾਲ ਵਾਲੀ ਬਿਲਡਿੰਗ। ਅਤੇ ਇਹ ਵਾਲਾ ਹੈਗਾ ਗਰਾਊਂਡ ਜਿੱਥੇ ਕਿ ਬੱਚੇ ਖੇਡਦੇ ਆ। ਅਤੇ ਨਾਲ ਜਿਹੜੀਆਂ ਲੱਗੀਆਂ ਸਵਿੰਗਸ ਵਗੈਰਾ ਲੱਗੀਆਂ ਹੋਈਆਂ। ਅਤੇ ਇਹ ਵਾਲਾ ਹੈਗੀ ਆ ਪੂਰੀ ਸਕੂਲ ਦੀ ਬਿਲਡਿੰਗ, ਜਿਹੜੀ ਕਿ ਮੈਂ ਤੁਹਾਨੂੰ ਬਾਹਰ ਤੋਂ ਦਿਖਾ ਰਹੀ ਹਾਂ। ਇਹ ਵਾਲਾ ਜਿੱਦਾਂ ਲੱਗਿਆ ਹੋਇਆ ਕਿ ਸਪੀਕਰ ਕਹਿ ਲਓ, ਕਿ ਜਦੋਂ ਕੋਈ ਵੀ ਅਨਾਊਂਸਮੈਂਟ ਕਰਨੀ ਆ ਤਾਂ ਇਹਦੇ ਵਿੱਚ ਬੋਲਿਆ ਜਾਂਦਾ। ਅਤੇ ਇੱਥੇ ਇੱਦਾਂ ਜਿਹੜੀਆਂ ਲੱਕੜਾਂ ਜਾਂ ਕੋਈ ਵੀ ਟ੍ਰੀ ਕੱਟਦੇ ਆ, ਉਹਨੂੰ ਵੇਸਟ ਨਹੀਂ ਕੀਤਾ ਜਾਂਦਾ। ਇੱਦਾਂ ਇਹਨੂੰ ਕਰਕੇ ਜਿੱਦਾਂ ਛੋਟੀਆਂ ਛੋਟੀਆਂ ਕੱਟ ਕੇ ਇੱਦਾਂ ਗਰਾਊਂਡ ਦੇ ਵਿੱਚ ਪਾਇਆ ਜਾਂਦਾ, ਕਿਉਂਕਿ ਤੁਹਾਨੂੰ ਪਤਾ ਇੱਥੇ ਮੀਂਹ ਬਹੁਤ ਆਉਂਦਾ। ਸੋ ਇਹ ਜਿਹੜਾ ਪਾਣੀ ਓਬਜ਼ਰਵ ਵਿੱਚ ਹੀ ਕਰ ਲੈਂਦੀ ਆ, ਅਤੇ ਬੱਚਿਆਂ ਨੂੰ ਖੇਡਣ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਉਂਦੀ। ਅਤੇ ਇੱਥੋਂ ਦੀ ਜੇ ਸਕੂਲੀ ਸਿੱਖਿਆ ਦੀ ਗੱਲ ਕਰੀਏ ਤਾਂ ਬਹੁਤ ਵਧੀਆ। ਤੁਸੀਂ ਆਪ ਹੀ ਦੇਖ ਲਓ ਬਾਹਰੋਂ ਕਿ ਸਕੂਲ ਕਿੱਦਾਂ ਦਾ ਹੈਗਾ, ਸਰਕਾਰੀ ਸਕੂਲ ਹੈ। ਅਤੇ ਐਜੂਕੇਸ਼ਨ ਤਾਂ ਇਸ ਤੋਂ ਵੀ ਵਧੀਆ ਹੈਗੀ ਆ। ਅਤੇ ਉਹਦੇ 'ਤੇ ਮੈਂ ਇੱਕ ਅਲੱਗ ਤੋਂ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰੂੰਗੀ। ਮੈਂ ਇਹ ਤੁਹਾਨੂੰ ਬਹੁਤ ਕੁਇਕ ਦਿਖਾਉਣ ਦੀ ਕੋਸ਼ਿਸ਼ ਕੀਤੀ ਆ, ਬਿਕੋਜ਼ ਹੁਣ ਜਿਹੜੇ ਸਕੂਲ ਹੈਗੇ ਆ ਉਹ ਬੰਦ ਆ, ਕਿਉਂਕਿ ਪਹਿਲਾਂ ਕਰੋਨੇ ਤੋਂ ਬਾਅਦ ਬੰਦ ਹੋ ਗਏ ਸੀ। ਪਰ ਉਸ ਤੋਂ ਬਾਅਦ ਇੱਥੇ ਛੁੱਟੀਆਂ ਆ ਜਾਂਦੀਆਂ ਹੈਗੀਆਂ ਜੁਲਾਈ ਐਂਡ ਅਗਸਤ, ਦੋ ਮਹੀਨੇ ਦੀਆਂ। ਅਤੇ ਹੁਣ ਜਿਹੜਾ ਨਵਾਂ ਸੈਸ਼ਨ ਸਟਾਰਟ ਹੋਣਾ ਹੈਗਾ 10th ਸੈਪਟੰਬਰ ਤੋਂ, ਬੱਚਿਆਂ ਦੇ ਸਕੂਲ ਓਪਨ ਹੋ ਜਾਣੇ ਆ। ਤਾਂ ਮੈਂ ਤੁਹਾਡੇ ਨਾਲ ਓਬਵੀਅਸਲੀ ਪਹਿਲਾ ਦਿਨ ਬੱਚਿਆਂ ਦਾ ਸ਼ੇਅਰ ਕਰੂੰਗੀ। ਅਤੇ ਜੇ ਮੈਨੂੰ ਪਰਮਿਸ਼ਨ ਹੋਈ ਤਾਂ ਮੈਂ ਸਕੂਲ ਨੂੰ ਇਨਸਾਈਡ ਤੋਂ ਦਿਖਾਉਣ ਦੀ ਕੋਸ਼ਿਸ਼ ਕਰੂੰਗੀ। ਅਤੇ ਜੇ ਤੁਸੀਂ ਇਹ ਵੀਡੀਓ ਲਾਈਕ ਕੀਤੀ ਤਾਂ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਿਓ, ਲਾਈਕ ਜ਼ਰੂਰ ਕਰ ਦਿਆ ਕਰੋ, ਅਤੇ ਸ਼ੇਅਰ ਜ਼ਰੂਰ ਕਰ ਲਿਓ। ਥੈਂਕ ਯੂ ਸੋ ਮੱਚ ਵੀਡੀਓ ਦੇਖਣ ਦੇ ਲਈ। ਅਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ। ਬਾਏ, ਦੈਨ ਟੇਕ ਕੇਅਰ।